ਅੰਮ੍ਰਿਤਸਰ ਦੇ ਦਰਬਾਰ ਸਾਹਿਬ ਦੇ ਹੈਰੀਟੇਜ ਸਟਰੀਟ ਅਤੇ ਗੁਰੂ ਰਾਮਦਾਸ ਸਰਾਂ ਦੇ ਨੇੜੇ ਹੋਏ ਧਮਾਕਿਆਂ ਤੋਂ ਬਾਅਦ ਪੁਲਿਸ ਵੱਲੋਂ 5 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ ਇੱਕ ਗੁਰਦਾਸਪੁਰ ਦਾ ਅਮਰੀਕ ਸਿੰਘ ਵੀ ਹੈ, ਜੋ ਕਿ ਪਿੰਡ ਆਦੀਆ ਦਾ ਰਹਿਣ ਵਾਲਾ ਹੈ ਅਤੇ ਉਸਦੇ ਹੁਣ ਪਰਿਵਾਰਕ ਮੈਂਬਰ ਵੀ ਸਾਹਮਣੇ ਆਏ ਹਨ। ਉਹਨਾਂ ਦੱਸਿਆ ਕਿ ਗੁਜਰਾਤ ਦੇ ਵੀ ਟਰੱਕ ਡਰਾਈਵਰ ਹੈ ਅਤੇ 27 ਫਰਵਰੀ ਨੂੰ ਆਖਰੀ ਵਾਰ ਘਰ ਆਇਆ ਸੀ। ਅੰਮ੍ਰਿਤਸਰ 'ਚ ਹੋਈ ਇਸਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਥਾਣਾ ਦੁਰਾਂਗਲਾ ਦੀ ਪੁਲਿਸ ਨੇ ਉਸਦੇ ਵੱਡੇ ਭਰਾ ਪਲਵਿੰਦਰ ਸਿੰਘ ਨੂੰ ਵੀ ਪੁੱਛਗਿੱਛ ਲਈ ਹਿਰਾਸਤ 'ਚ ਲਿਆ ਹੈ। ਤੁਹਾਨੂੰ ਦੱਸ ਦਈਏ ਕਿ ਇਸ ਦੋਸ਼ੀ ਦੇ ਉੱਪਰ ਪਹਿਲਾਂ ਵੀ ਚੋਰੀ ਦੇ ਕਈ ਮਾਮਲੇ ਵੀ ਦਰਜ ਹਨ। ਸਾਨੂੰ ਨਹੀਂ ਕਿਸੇ ਗੱਲ ਦਾ ਪਤਾ, ਸਾਨੂੰ ਤੇ ਹੁਣੇ ਹੁਣੇ ਹੀ ਪਤਾ ਲੱਗਾ। ਹਾਂਜੀ, ਪੁਲਿਸ ਹੁਣ ਤੇ ਪਤਾ ਲੱਗਾ ਤੇ ਉਹਨਾਂ ਸਾਨੂੰ ਪੁਲਿਸ ਵਾਲਿਆਂ, ਮੈਂ ਤੇ ਪੈਲੀ 'ਚ ਹਾਂ ਤੇ ਸਾਨੂੰ ਕੁਛ ਨਹੀਂ ਪਤਾ ਲੱਗਾ। ਹੁਣੇ ਹੁਣੇ ਆਈ ਮੁੜ ਚੰਗੀ ਖਬਰ ਸੁਣੀ ਆ ਅਤੇ ਇਸ ਗੱਲ 'ਚ ਸਾਨੂੰ ਬੜਾ ਮਨ ਨੂੰ ਦੁੱਖ ਲੱਗਾ, ਬਹੁਤ ਮਾੜੀ ਗੱਲ ਹੈ। ਅਮਰੀਕ ਸਿੰਘ ਕਿਵੇਂ ਦਾ ਸੀ? ਅਮਰੀਕ ਸਿੰਘ ਪਹਿਲੇ ਤਾਂ ਇਸ ਗੱਲ ਦੇ ਬਹੁਤ ਬਰਖਲਾਫ ਸੀ ਅਤੇ ਹੁਣ ਨਸ਼ੇ ਪੱਤੇ ਕਰਦਾ ਸੀ, ਹੁਣ ਵੀ ਮਾੜੀ ਗੱਲ 'ਚ ਪੈ ਗਿਆ ਸੀ ਅਤੇ ਗੱਲ ਦੇ ਬਹੁਤ ਖਿਲਾਫ ਹੈ ਅਤੇ ਸਾਡੇ ਨਾਲ ਦਾ ਕੋਈ ਸੰਪਰਕ ਹੋਇਆ ਨਹੀਂ ਅਤੇ ਅਸੀਂ ਸਾਡੇ ਤੋਂ ਕੋਈ ਚਿਰ ਤੋਂ ਬਾਹਰ ਆ। ਕਦੋਂ ਦਾ ਸੰਪਰਕ ਨਹੀਂ ਹੋਇਆ ਜੀ? ਕਿੰਨਾ ਟਾਈਮ? ਸਾਡੇ ਤੋਂ ਫਰਵਰੀ ਮਹੀਨੇ ਤੋਂ, ਫਰਵਰੀ ਮਹੀਨੇ ਤੋਂ ਕੰਮ 'ਚ ਚਲ ਗਿਆ ਤਾ ਉਹ ਸਾਡੇ ਨਾਲ। ਕੀ ਕੰਮ ਕਰਦਾ? ਕੰਮ ਉਹ ਡਰਾਈਵਰੀ ਕਰਦਾ ਸੀ ਗੁਜਰਾਤ 'ਚ। ਕਦੇ ਕੋਈ ਗੱਲਬਾਤ ਨਹੀਂ ਹੋਈ ਉਹਦੇ ਨਾਲ? ਗੱਲਬਾਤ ਸਾਡੇ ਨਾਲ ਕਰਦਾ ਹੀ ਨਹੀਂ, ਫਰਵਰੀ ਮਹੀਨੇ ਤੋਂ ਕੋਈ ਗੱਲਬਾਤ ਨਹੀਂ ਕਰਦਾ। ਪਹਿਲਾਂ ਵੀ ਕੋਈ ਦੇਖਦੇ? ਮੈਂ ਤਾਂ ਮਿਹਨਤ ਕਰਨ ਵਾਲਾ ਗੱਲਾਂ, ਮੈਨੂੰ ਤਾਂ ਇਹਨਾਂ ਗੱਲਾਂ ਪੂਰੀਆਂ ਤਾਂ ਪਤਾ ਨਹੀਂ। ਮੈਂ ਤਾਂ ਜੇ ਕੋਈ ਮਾੜੀ ਗੱਲ ਤਾਂ ਉਹਨੂੰ ਬਹੁਤ ਮਾੜਾ ਸਮਝਣਾ। ਅਸੀਂ ਗੁਰੂ ਘਰ ਮੱਥਾ ਟੇਕਣ ਵਾਲੇ ਹੀ ਬਸ ਬੰਦੇ ਹਾਂ, ਬਜ਼ੁਰਗ ਬੰਦੇ ਹਾਂ। ਹੁਣ ਪੁਲਿਸ ਨੇ ਤੁਹਾਡੇ ਘਰ 'ਚੋਂ ਕੋਈ ਜੀ ਲੈ ਕੇ ਵੀ ਗਏ? ਹਾਂਜੀ, ਵੱਡਾ ਮੁੰਡਾ ਆਪਣੇ ਕੰਮ ਘਰੋਂ ਕਰਨ ਡਿਆ ਸੀ, ਉਹਨੂੰ ਤਾਂ ਲੈ ਗਏ ਆਉਂਦੇ, ਪਰ ਹੁਣ ਭੇਜ ਦਿੰਦੇ ਹਾਂ। ਉਹ ਤਾਂ ਆਪਣੀ ਮਿਹਨਤ ਕਰਕੇ ਸਾਨੂੰ ਰੋਟੀ ਖਵਾਲਦਾ। ਜੇ ਉਹ ਗਲਤ ਆ ਅਤੇ ਜੇ ਉਹਦੀ ਫਿਰ ਗਲਤੀ ਦੀ ਸਜ਼ਾ ਉਹਨੂੰ ਮਿਲਣੀ ਚਾਹੀਦੀ ਹੈ। ਅਸੀਂ ਤਾਂ ਇਸ ਗੱਲ ਨੂੰ ਉਹਦੀ ਪੁੱਛ ਗਿੱਛ ਹੋ ਕੇ, ਜੇ ਉਹਦੇ 'ਚ ਗਲਤੀ ਆ ਉਹਦੀ ਗਲਤੀ ਦੀ ਸਜ਼ਾ ਉਹਨੂੰ ਮਿਲਣੀ ਚਾਹੀਦੀ। ਅਤੇ ਸਾਡੇ ਐਸ ਐਚ ਓ ਜਿਹੜੇ ਸੀ ਉਹ ਆਏ ਸੀਗੇ ਇੱਥੇ, ਅਤੇ ਫਿਰ ਇਹ ਤੋਂ ਪਤਾ ਲੱਗਾ ਵੀ ਇਹ ਜਿਹੜਾ ਦਰਬਾਰ ਸਾਹਿਬ ਦੇ ਵਿੱਚ ਪਰਿਕਰਮਾ ਜਾਂ ਹੈਰੀਟੇਜ ਰਸਤੇ ਦੇ ਵਿੱਚ ਜੋ ਬਲਾਸਟ ਹੋਏ ਨੇ ਉਹਦੇ ਵਿੱਚ ਅਮਰੀਕ ਸਿੰਘ ਦਾ ਹੱਥ ਹੈ, ਮੈਨੂੰ ਹੁਣ ਪਤਾ ਲੱਗਾ ਇਹ ਗੱਲ। ਵਾਈਫ ਜਿੱਥੋਂ ਪਤਾ ਲੱਗ ਗਿਆ ਵੀ ਗ੍ਰਿਫਤਾਰ ਕੀਤੀ ਹੈ, ਸ਼ਾਇਦ ਉਹ ਨਾਲ ਹੀ ਹੋਊਗੀ। ਪਿਛੋਕੜ ਵਧੀਆ ਸੀ, ਪਹਿਲਾਂ ਤਾਂ ਇਹਨੂੰ ਅੰਮ੍ਰਿਤ ਛਕਾਇਆ ਸੀ ਗੁਰਸਿੱਖ ਸੀਗਾ, ਪਰ ਇਹ ਉਹ ਅੰਮ੍ਰਿਤ ਭੰਗ ਕਰਕੇ ਫਿਰ ਇਹ ਨਸ਼ੇ ਪੱਤੇ ਦੇ ਵਿੱਚ ਪੈ ਗਿਆ, ਹੋਰਨਾਂ ਗਲਤ ਕੰਮਾਂ ਦੇ ਵਿੱਚ ਪੈ ਗਿਆ ਸੀਗਾ। ਅਸੀਂ ਚਾਹੁੰਦੇ ਸੀ ਇਹਨੂੰ ਲੈਣ 'ਤੇ ਲਿਆਉਣ, ਪਰ ਸਾਡੇ ਨਹੀਂ ਲੈਣ 'ਤੇ ਆਇਆ। ਪਹਿਲਾਂ ਵੀ ਹੁੰਦੀ ਸੀ, ਹੁਣ ਜਦੋਂ ਇਹ ਕਿਸੇ ਚੋਰੀ ਦੇ ਮਸਲੇ ਦੇ ਵਿੱਚ ਮੋਟਰਸਾਈਕਲਾਂ ਦੇ ਵਿੱਚ ਲੁੜੈਂਦਾ ਸੀਗਾ ਇਹ, ਤਾਂ ਮੈਂ ਇਹਦੇ ਨਾਲ ਸੰਪਰਕ ਕਰਦਾ ਸੀ। ਮੈਂ ਇਹਨੂੰ ਚਾਹੁੰਦਾ ਸੀ ਕਿਸ ਤਰ੍ਹਾਂ ਆਵੇ, ਇਹਨੂੰ ਪੇਸ਼ ਕਰਾ ਕੇ ਅਤੇ ਮਸਲਾ ਕਿਸ ਤਰ੍ਹਾਂ ਨਿਬੇੜਿਆ ਜਾਵੇ। ਮਾਤਾ ਪਿਤਾ ਵੀ ਚਾਹੁੰਦੇ ਸੀ ਵੀ ਇੱਕ ਵਾਰੀ ਇਸ ਮਸਲੇ ਨੂੰ ਨਿਬੇੜ ਕੇ ਗਾਂਹ ਨੂੰ ਕਿ ਇਹ ਬੰਦੇ ਦਾ ਪੁੱਤ ਬਣ ਜਾਏ, ਇੱਦਾਂ ਦੇ ਕੰਮ ਨਹੀਂ ਕਰੀਦੇ, ਪਰ ਹੁਣ ਨਵਾਂ ਹੀ ਕੱਢ ਮਾਰਿਆ ਨੇ। ਕਿਸ ਤਰ੍ਹਾਂ ਵੇਖਦੇ ਘਟਨਾ? ਘਟਨਾ ਤਾਂ ਬਹੁਤ ਦੁੱਖਦਾਈ ਹੈ, ਅਤੇ ਹੁਣ ਬਿਆਨ ਕਰਨ ਤੋਂ ਵੀ ਵਾਰੀ ਹੈ, ਬਹੁਤ ਦੁੱਖਦਾਈ ਹੈ ਜੀ। ਫਰਵਰੀ ਮਹੀਨੇ ਤੋਂ ਗਿਆ ਹੋਇਆ ਕੰਮ। ਗੁਰਦਾਸਪੁਰ ਤੋਂ ਨਰੇਸ਼ ਸ਼ਰਮਾ ਦੇ ਨਾਲ ਸਿਮਰਨਜੀਤ ਸਿੰਘ ਦੀ ਰਿਪੋਰਟ, ਪੰਜਾਬ ਟੂਡੇ।